ਸਵਾਗਤ ਮੈਂ ਰਮਨ ਸਿੱਧੂ ਲੈ ਕੇ ਹਾਜ਼ਰਾਂ ਇੰਡੀਆ ਸੁਪਰ ਫਾਸਟ ਨਿਊਜ਼ ਆਓ ਜਤ ਮਾਰਦੇ ਆਂ ਖਾਸ-ਖਾਸ ਖਬਰਾਂ ਤੇ ਝਾਰਖੰਡ ਚ ਘਾਟ ਰਹੀ ਹੈ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਝਾਰਖੰਡ ਵਿੱਚ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ ਘਟ ਰਹੀ ਹੈ ਇਸ ਦੌਰਾਨ ਉਹਨਾਂ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੀ ਗੱਟਜੋੜ ਸਰਕਾਰ ਤੇ ਸੂਬੇ ਦੀ ਪਛਾਣ ਸਭਿਆਚਾਰ ਤੇ ਵਿਰਾਸਤ ਦੀ ਕੀਮਤ ਤੇ ਕੁਝ ਪੈਠੀਆਂ ਦਾ ਸਮਰਥਨ ਕਰਕੇ ਵੋਟ ਬੈਂਕ ਦੀ ਸਿਆਸਤ ਵਿੱਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ ਨੌਜਵਾਨਾਂ ਨੂੰ ਅਗਵਾ ਕਰਨ ਦੇ ਵਿਰੋਧ ਵਿੱਚ ਮਨੀਪੁਰ ਬੰਦ ਮਣੀਪੁਰ ਵਿੱਚ ਦੋ ਨੌਜਵਾਨਾਂ ਨੂੰ ਅਗਵਾ ਕਰਨ ਵਿਰੋਧ ਮੇਤੇਈ ਸਮੂਹ ਦੀ ਸਾਂਝੀ ਕਾਰਵਾਈ ਕਮੇਟੀ ਵੱਲੋਂ ਬੰਦ ਦੇ ਦਿੱਤੇ ਸੱਦੇ ਤਹਿਤ ਇਮਫਾਲਵਾਦੀ ਦੇ ਪੰਜ ਜ਼ਿਲ੍ਹਿਆਂ ਵਿੱਚ ਜਾਨ-ਜੀਵਨ ਪ੍ਰਭਾਵਿਤ ਹੋਇਆ। ਪ੍ਰਸ਼ਾਂਤ ਕਿਸ਼ੋਰ ਵੱਲੋਂ ਜਨਸਰਾਜ ਪਾਰਟੀ ਦਾ ਆਗਾਜ਼ ਸਾਬਕਾ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣੀ ਸਿਆਸੀ ਜਥੇਬੰਦੀ ਜਨਸਰਾਜ ਪਾਰਟੀ ਦਾ ਬਕਾਇਦਾ ਐਲਾਨ ਕਰ ਦਿੱਤਾ ਹੈ। ਕਿਸ਼ੋਰ ਨੇ ਮਧੂਬਣੀ ਦੇ ਜਾਂਪਲ ਸਾਭਾ ਕਾ ਆਈ ਐਫਐਸ ਅਧਿਕਾਰੀ ਮਨੋਜ ਭਾਰਤੀ ਨੂੰ ਆਪਣੀ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਾਮਜ਼ਦ ਕੀਤਾ ਮੇਡ ਇਨ ਇੰਡੀਆ ਮਾਰਕਟ ਲਈ ਸਕੀਮ ਸਰਕਾਰ ਦੇ ਵਿਚਾਰ ਅਧੀਨ ਸਰਕਾਰ ਆਲਮੀ ਬਾਜ਼ਾਰਾਂ ਵਿੱਚ ਬ੍ਰਾਂਡ ਇੰਡੀਆ ਦੇ ਪ੍ਰਚਾਰ ਵਿਸਾਰ ਦੇ ਇਰਾਦੇ ਨਾਲ ਮੇਡ ਇਨ ਇੰਡੀਆ ਮਾਰਕਟ ਲਈ ਸਕੀਮ ਕਰਨ ਦੀ ਤਜ਼ਵੀਜ਼ ਤੇ ਵਿਚਾਰ ਕਰ ਰਹੀ ਹੈ ਅਧਿਕਾਰੀ ਨੇ ਕਿਹਾ ਕਿ ਇੱਕ ਉੱਚ ਪੱਧਰੀ ਕਮੇਟੀ ਸਕੀਮ ਦੇ ਵੇਰਵਿਆਂ ਬਾਰੇ ਕੋਹ ਕਰ ਰਹੀ ਹੈ। ਮੁੰਬਈ ਪੁਲਿਸ ਵੱਲੋਂ ਗੋਵਿੰਦਾ ਤੋਂ ਪੁੱਛ ਪੜਤਾਲ। ਮੁੰਬਈ ਅਪਰਾਧ ਸ਼ਾਖਾ ਦੇ ਅਧਿਕਾਰੀਆਂ ਨੇ ਬਾਲੀਵੁੱਡ ਅਦਾਕਾਰ ਗੋਵਿੰਦਾ ਜੋ ਲੰਘੇ ਦਿਨ ਆਪਣੇ ਪੁਸਤਾਲ 'ਚੋਂ ਅਚਾਨਕ ਗੋਲੀ ਚੱਲਣ ਕਾਰਨ ਜ਼ਖਮੀ ਹੋ ਗਿਆ ਸੀ, ਤੋਂ ਅੱਜ ਘਟਨਾ ਬਾਰੇ ਪੁੱਛ ਪੜਤਾਲ ਕੀਤੀ। ਗੋਵਿੰਦਾ ਦੇ ਲਾਤ 'ਤੇ ਗੋਲੀ ਲੱਗੀ ਸੀ। ਚੰਦਰਾਵਰ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਐਨਕਾਂ ਗਾਇਬ ਹੋਣ ਮੰਗਰੋ ਅਧਿਕਾਰੀਆਂ ਨੂੰ ਤਰੇਲਗਾ ਨਗਰ ਨਿਗਮ ਤੇ ਪਬਲਿਕ ਹੈਲਥ ਵਿਭਾਗ ਵੱਲੋਂ ਮਹਾਤਮਾ ਗਾਂਧੀ ਦੀ 155ਵੀਂ ਜੈ ਜੰਤੀ ਮੌਕੇ ਕਰਵਾਈ ਸਮਾਗਮ ਦੌਰਾਨ ਪ੍ਰਬੰਧਕਾਂ ਨੂੰ ਉਦੋਂ ਭੱਜੜਾ ਪੈ ਗਈਆਂ ਜਦੋਂ ਮਹਾਤਮਾ ਗਾਂਧੀ ਦੇ ਬੁੱਤ ਨੂੰ ਲੱਗੀਆਂ ਐਨਕਾਂ ਗਾਇਬ ਹੋ ਗੰਗਾ ਪੁਣੇ ਦੇ ਹੈਲੀਕਾਪਟਰ ਹਾਦਸਾ ਗ੍ਰਸਤ ਤਿੰਨ ਹਲਾਕ ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਵਿੱਚ ਨਿੱਜੀ ਐਵੀਏਸ਼ਨ ਕੰਪਨੀ ਦਾ ਹੈਲੀਕਾਪਟਰ ਹਾਦਸਾ ਗ੍ਰਸਤ ਹੋਣ ਕਰਕੇ ਦੋ ਪਾਇਲਟ ਤੇ ਇੱਕ ਇੰਜੀਨੀਅਰ ਦੀ ਮੌਤ ਹੋ ਗਈ। ਲੋਕ ਸਭਾ ਮੈਂਬਰ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਸੁਭਾਈ ਪ੍ਰਧਾਨ ਸੁਨੀਲ ਤਤਕਰੇ ਨੇ ਕਿਹਾ ਹੈ ਕਿ ਉਹ ਨਾ ਇਸ ਹੈਲੀਕਾਪਟਰ ਤੇ ਮੁੰਬਈ ਤੋਂ ਰਾਇਗੜ ਦਾ ਸਫ਼ਰ ਕਰਨਾ ਸੀ। ਚੋਣਾ ਜੀ ਸ਼੍ਰੀ ਮੋਦੀ ਤੇ ਸ਼ਾ ਨੇ 48 ਘੰਟੇ ਪਹਿਲਾਂ ਛੱਡਿਆ ਹਰਿਆਣਾ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੁਣ ਜਦੋਂ 3 ਦਿਨ ਬਚੇ ਨੇ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਚੋਣ ਸਰਗਰਮੀਆਂ ਸਿਖਰਾਂ ਤੇ ਪਹੁੰਚਾ ਦਿੱਤੀਆਂ ਨੇ ਭਾਜਪਾ ਕਾਂਗਰਸ ਆਪਸ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਕੌਮੀ ਆਗੂ ਸੂਪੇ ਪਰ ਚੋਣ ਪ੍ਰਚਾਰ ਲਈ ਡਟੇ ਹੋਏ ਨੇ ਡੇਰਾ ਮੁਖੀ 20 ਦਿਨ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਪત્રਕਾਰ ਦੀ ਹਤਿਆ ਤੇ ਜ਼ਬਰ ਜਨਾਹ ਦਾ ਦੋਸ਼ੀ ਡੇਰਾ ਸੱਚਾ ਸੌਦਾਮੁਖੀ ਗੁਰਮੀਤ ਰਾਮ ਰਹੀਮ ਸਿੰਘ 20 ਤਿੰਨ ਦੀ ਪੈਰੋਲ ਤੇ ਹਰਿਆਣਾ ਦੇ ਰੁੱਤਕ ਦੀ ਸੁਣਾਈ ਹੈ ਜੇਲ੍ਹ ਚੋਂ ਬਾਹਰ ਆ ਗਿਆ ਹੈ ਉਹ ਇਸ ਵਕਫੇ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਬਤ ਚ ਡੇਰੇ ਦੇ ਵਰਨਾਵਾ ਆਸ਼ਰਮ ਚ ਰਹੇਗਾ ਪ੍ਰਾਲੀ ਮਾਮਲੇ 'ਚ ਕਮਿਸ਼ਨ ਦੀ ਕਾਰਵਾਈ ਰਿਪੋਰਟ ਤੇ ਵਿਚਾਰ ਕਰੇਗਾ ਸੁਪਰੀਮ ਕੋਰਟ ਸਪਰੀਮ ਕੋਰਟ ਪੰਜਾਬ ਹਰਿਆਣਾ ਤੇ ਯੂਪੀ ਵਿੱਚ ਪ੍ਰਾਲੀ ਸਾਂਨ ਕਰਕੇ ਦਿੱਲੀ ਐਨਸੀਆਰ ਵਿੱਚ ਹੁੰਦੇ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਜਾਰੀ ਆਪਣੀਆਂ ਹਦਾਇਤਾਂ ਬਾਰੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਦਾਇਰ ਕਾਰਵਾਈ ਰਿਪੋਰਟ ਤੇ ਅਚਕਾਰ ਕਰ ਸਕਦੀ ਹੈ ਐਸਬੀਆਈ ਵੱਲੋਂ 600 ਨਵੀਆਂ ਸੰਖਿਆਵਾਂ ਖੋਲਣ ਦਾ ਐਲਾਨ ਸਟੇਟ ਬੈਂਕ ਆਫ ਇੰਡੀਆ ਮੌਜੂਦਾ ਵਿੱਤੀ ਬਰੇ ਵਿੱਚ 600 ਨਵੀਆਂ ਸੰਖਿਆਵਾਂ ਖੋਲਣ ਦੀ ਤਿਆਰੀ ਕਰ ਰਿਹਾ ਹੈ ਬੈਂਕ ਦੇ ਚੇਅਰਮੈਨ ਸੀਐਸਏਟੀ ਨੇ ਕਿਹਾ ਹੈ ਕਿ ਐਸਬੀਆਈ ਵੱਡੇ ਰਿਹਾਇਸ਼ੀ ਇਲਾਕਿਆਂ ਸਮੇਤ ਉੱਬਰ ਦੇ ਖੇਤਰਾਂ ਵਿੱਚ ਕਾਰੋਬਾਰ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਦੇਸ਼ ਭਰ ਵਿੱਚ 600 ਨਵੀਆਂ ਸ਼ੰਖਾਵਾਂ ਖੋਲੇਗਾ। ਚੇਨਈ ਲਸਨਦੀ ਪਰਮਾਰ ਤੋਂ ਕਰਨਾਟਕ ਦੇ ਕਿਸਾਨ ਫਿਕਰਮੰਦ ਦੱਖਣੀ ਕੰਨਾਰਾ ਉਡਿਪੀ ਤੇ ਉੱਤਰ ਕੰਨੜ ਜ਼ਿਲ੍ਹਿਆਂ ਦੇ ਦੂਜੀ ਸ਼੍ਰੇਣੀ ਦੇ ਸ਼ਹਿਰਾਂ ਦੇ ਛੇ ਕਸਬਿਆਂ 'ਚੀਨ ਤੋਂ ਦਰਾਮਦ ਲਸਣ ਦੀ ਪਰਮਾਰ ਕਰਨ ਖੇਤੀ ਦੇ ਕਿਸਾਨ ਫਿਕਰਮੰਦ ਨੇ ਵਪਾਰੀਆਂ ਦੇ ਕਿਸਾਨਾਂ ਨੇ ਸ਼ਿਮੋਗਾ ਦੀਆਂ ਮੰਡੀਆਂ 'ਚ ਚੀਨੀ ਲਸਣ ਦੀ ਪਰਮਾਰ ਤੇ ਮੰਗਲਵਾਰ ਨੂੰ ਨਿਰਾਸ਼ਾ ਜਤਾਈ ਸੀ ਸੇਬੀ ਨੇ ਸੱਟੇ ਬਾਜੀ ਵਪਾਰ ਨੂੰ ਰੋਕਣ ਲਈ ਐਫ ਐਡੋਨਿਜ਼ਮ ਸਖਤ ਕੀਤੇ ਛਟੇਵਾਦੀ ਵਪਾਰ ਨੂੰ ਰੋਕਣ ਲਈ ਮਾਰਕੀਟ ਰੈਗੂਲੇਟਰ ਸਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਵੱਲੋਂ ਫਿਊਚਰਸ ਐਂਡ ਆਪਸ਼ਨ ਨੂੰ ਲੈ ਕੇ ਇੱਕ ਨਵਾਂ ਸਰਕੂਲਰ ਜਾਰੀ ਕੀਤਾ ਗਿਆ ਹੈ। ਰਾਸ਼ਟਰਪਤੀ ਮੁਰਮੂ ਦਾ ਦੋ ਰੋਜ਼ਾ Rajasthan ਦੌਰਾ ਅੱਜ ਤੋਂ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਤੋਂ Rajasthan ਦਾ ਦੋ ਰੋਜ਼ਾ ਦੌਰਾ ਕਰਨਗੇ ਤੇ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਲੇਵੇਜ ਪਿੰਡ ਜੰਗੀ ਰਾਣਾ ਦਾ ਜਵਾਨ ਸ਼ਹੀਦ ਅਗਲੇ ਮਹੀਨੇ ਸੀ ਵਿਆਹ ਬੜਿੰਡਾ ਜ਼ਿਲ੍ਹੇ ਦੇ ਪਿੰਡ ਜੰਗੀ ਰਾਣਾ ਦਾ ਫੌਜੀ ਜਵਾਨ ਗੁਰਦੀਪ ਸਿੰਘ ਲੇ ਲਦਾਖ ਚ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸ਼ਹੀਦ ਗੁਰਦੀਪ ਸਿੰਘ ਦੀ ਮ੍ਰਿਤਕ ਦੇ ਪਿੰਡ ਨਹੀਂ ਪਹੁੰਚਿਆ ਤੇ ਫੌਜ ਵੱਲੋਂ ਸ਼ਹਾਦਤ ਦਾ ਕਾਰਨ ਨਹੀਂ ਦੱਸਿਆ ਗਿਆ ਦਿੱਲੀ ਪੁਲਿਸ ਵੱਲੋਂ 2000 ਕਰੋੜ ਦੀ 560 ਕਿਲੋ ਤੋਂ ਵੱਧ ਕੋਕੀਨ ਜਾਬਤ ਦਿੱਲੀ ਪੁਲਿਸ ਨੇ ਸ਼ਹਿਰ ਵਿੱਚੋਂ ਨਸ਼ੀਲੇ ਪਦਾਰਥਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਪੜੀ ਹੈ ਅਧਿਕਾਰੀਆਂ ਨੇ ਦੱਸਿਆ ਕਿ 560 ਕਿਲੋ ਤੋਂ ਵੱਧ ਕੋਕੀਨ ਜ਼ਬਤ ਕੀਤੀ ਗਈ ਹੈ ਜਿਸ ਦੀ ਕੀਮਤ ਲਗਭਗ 2000 ਕਰੋੜ ਰੁਪਏ ਬਣਦੀ ਹੈ ਪੰਚਾਇਤੀ ਚੋਣਾਂ ਵਿੱਚ ਆਪ ਨੇ ਸਬਕਾਇਦੇ ਕਾਨੂੰਨ ਛੇਕੇ ਟੰਗੇ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਦੌਰਾਨ ਆਪ ਸਰਕਾਰ ਤੇ ਗੁੰਡਾਗਰਦੀ ਕਾਰਨ ਤੇ ਜਮਹੂਰੀ ਕਦਰਾਂ ਕੀਮਤਾਂ ਦਾ ਕਹਾਣ ਕਰਨ ਦਾ ਦੋਸ਼ ਲਾਇਆ ਉਹ ਅੰਮ੍ਰਿਤਸਰ ਵਿੱਚ ਮਜੀਠਾ ਹਲਕੇ ਦੇ ਕਾਂਗਦ ਸਚਾਰਜ ਭਗਵੰਤ ਪਾਲ ਸੱਜਰ ਦੇ ਗ੍ਰਹਿ ਵਿਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੀ ਸੀ ਹਨ ਮੀਬੀ ਜੰਗੀਰ ਕੌਰ ਨੇ ਅਕਾਲ ਤਖਤ ਤੇ ਸਪਸ਼ਟੀਕਰਨ ਸੌਂਪਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਆਗੂ ਬੀਬੀ ਜੰਗੀਰ ਕੌਰ ਨੇ ਅਕਾਲ ਤਖਤ ਵੀ ਕੀ ਆਪਣਾ ਸਪਸ਼ਟੀਕਰਨ ਸੌਂਪ ਦਿੱਤਾ ਲਾ ਯੂਨੀਵਰਸਿਟੀ ਮਾਮਲਾ 'ਚ ਵਿਦਿਆਰਥੀ ਜਾਂਚ ਤੋਂ ਸੰਤੋਖਤ ਨਾ ਹੋਏ ਰਾਜੀਵ ਕਾਂਦੀ ਨੈਸ਼ਨਲ ਲਾ ਯੂਨੀਵਰਸਿਟੀ ਵਿੱਚ ਪੁੱਜੀ ਜਾਂਚ ਕਮੇਟੀ ਤੋਂ ਯੂਨੀਵਰਸਿਟੀ ਦਾ ਕੋਈ ਵਿਦਿਆਰਥੀ ਸੰਤੁਸ਼ਟ ਨਾ ਹੋਇਆ ਸਵੇਰੇ 9 ਵਜੇ ਪੁੱਜੀ ਜਾਂਚ ਕਮੇਟੀ ਦੇ ਬਾਰੀ ਮੈਂਬਰਾਂ ਵਿੱਚ ਪ੍ਰੋਫੈਸਰ ਅਰਜਨਾ ਮਿਸ਼ਰਾ ਵਾਈਸ ਚਾਂਸਲਰ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਲਾ ਯੂਨੀਵਰਸਿਟੀ ਸੋਨੀਪੱਤ ਤੇ ਗਰੀਵਾਲਾ ਸਿੰਘ ਚੇਅਰਮੈਨ ਜ਼ਿਲ੍ਹਾ ਖੱਤਕਾਰ ਵਿਵਾਦ ਨਿਵਾਰਣ ਕਮਿਸ਼ਨ ਪੁਪਾਲ ਨਾਲ ਵਿਦਿਆਰਥੀ ਗੱਲ ਕਰਨ ਲਈ ਤਿਆਰ ਨਾ ਹੋਏ ਸਰਕਾਰ ਵੱਲੋਂ ਲੋਕਾਂ ਦੇ ਕੰਮ ਹਫ਼ਤੇ ਵਿੱਚ ਨਿਪਟਾਉਣ ਦੇ ਹੁਕਮ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਸਮੇਂ ਸਿਰ ਦੇਣ ਲਈ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਲੋਕਾਂ ਦੇ ਲਟਕਦੇ ਆ ਰਹੇ ਕੰਮਾਂ ਦਾ ਨਿਪਟਾਰਾ ਹਫ਼ਤੇ ਵਿੱਚ ਕਰਨ ਦੇ ਉਦੇਸ਼ ਦਿੱਤੇ ਨੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਦੀ ਕੋਠੀ ਨੇੜੇ ਪੁਤਲਾ ਫੁਕਿਆ ਪੁਰਾਣੇ ਪੈਨਸ਼ਨ ਪ੍ਰਾਪਤੀ ਫਰੰਟ ਦੇ ਝੰਡੇ ਹੇਠ ਮੁੱਖ ਮੰਤਰੀ ਦੀ ਰਾਇਸ਼ ਨੇੜੇ ਚੱਲ ਰਹੇ ਪੈਨਸ਼ਨ ਪ੍ਰਾਪਤੀ ਮੋਰਚੇ ਦੇ ਦੂਜੇ ਦਿਨ ਸ਼ਾਮ ਨੂੰ ਮਲਾਜ਼ਮਾਂ ਵੱਲੋਂ ਮੁੱਖ ਮੰਤਰੀ ਮੰਦਰੀ ਰਾਇਸ਼ੀ ਕਲੋਨੀ ਦੇ ਮੁਕੇਟ ਅੱਗੇ ਆਦਮ ਕੱਦ ਪੁਤਲਾ ਫੂਕਿਆ ਗਿਆ ਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਪਿੰਡਟਾ ਡਾਟਾ ਜੋ ਬੋਲਿੰਗ ਸਟੇਸ਼ਨ ਤੇ ਕਬਜ਼ਾ ਵੈਂਡਿਟਾਡਾ ਦੇ ਪੋਲਿੰਗ ਸਟੇਸ਼ਨ ਦੇ ਕਬਜ਼ਾ ਹੋਣ ਕਾਰਨ ਚੋਣ ਅਧਿਕਾਰੀਆਂ ਨੂੰ ਪੰਚਾਇਤੀ ਚੋਣਾਂ ਕਰਵਾਉਣ ਵਿੱਚ ਮੁਸ਼ਕਲ ਆ ਰਹੀ ਹੈ ਪ੍ਰਸ਼ਾਸਨ ਹੁਣ ਤੱਕ ਇਸ ਪਿੰਡ ਦੀ ਧਰਮਸ਼ਾਲਾ ਵਿੱਚ ਪੰਚਾਇਤੀ ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਵਾਉਣ ਦਾ ਪ੍ਰਬੰਧ ਕਰਦਾ ਰਿਹਾ ਹੈ ਕਿਸਾਨਾਂ ਵੱਲੋਂ ਤਿੰਨ ਕਾਂਟਿਆਂ ਦਾ ਰੇਲ ਰੋਕੋ ਅੰਦੋਲਨ ਅੱਜ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਦੇ 8 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਲਖੀਮਪੁਰ ਖੀਰੀ ਮਾਮਲੇ ਵਿੱਚ ਛੀਦੋ ਕਿਸਾਨਾਂ ਨੂੰ ਇਨਸਾਫ ਦਿਵਾਉਣ ਤੇ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਰੇਲ ਰੋਕੋ ਅੰਦੋਲਨ ਤਹਿਤ ਪੰਜਾਬ ਹਰਿਆਣਾ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਰੇਲਾਂ ਰੋਕੀਆਂ ਜਾਣਗੀਆਂ। ਮਹਾਤਮਾ ਗਾਂਧੀ ਤੇ ਸ਼ਾ스트ਰੀ ਨੂੰ ਸ਼ਰਧਾਂਜਲੀਆ ਪੇਂਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਾਂਗਰਸ ਦੇ ਪ੍ਰਧਾਨ ਮਾਲਿਕ ਅਰਜੁਨ ਖੜਗੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਆਰਵਿੰਦ ਕੇਜਰੀਵਾਲ ਸਣੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਗਾਂਧੀ ਜਯੰਤੀ ਮੌਕੇ ਮਹਾਤਮਾ ਗਾਂਧੀ ਤੇ ਦੇਸ਼ ਦੇ ਤੁਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਟਰੀ ਨੂੰ ਉਹਨਾਂ ਦੇ ਜਨਮ ਦਿਵਸ ਮੌਕੇ ਸ਼ਰਧਾਂਜਲੀ ਪੇਂਡ ਕੀਤੀ ਗਈ। ਸ਼੍ਰੀ ਖੜਗੇ ਨੇ ਕਿਹਾ ਮੋਦੀ ਭਰੋਸਾ ਤੋੜਨ ਵਾਲਿਆਂ ਦੇ ਸਰਦਾਰ ਭਾਰਤੀ ਜਨਤਾ ਪਾਰਟੀ ਉੱਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ناکਾਮ ਰਹਿਣ ਦਾ ਦੋਸ਼ ਲਾਉਂਦਿਆਂ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੂਠ ਬੋਲਣ ਦੇ ਮਾਹਿਰ ਨੇ ਕੇਜਰੀਵਾਲ 1-2 ਦਿਨਾਂ ਚ ਖਾਲੀ ਕਰਨਗੇ ਮੁੱਖ ਮੰਤਰੀ ਨਿਵਾਸ ਆਮ ਆਦਮੀ ਪਾਰਟੀ ਦੇ ਕੌਮੀ ਕਰਵੀਨਰ ਅਰਵਿੰਦ ਕੇ ਜੀਵਾਲ ਸਿਵਲ ਲਾਈਨਸ ਵਿੱਚ ਪੈਂਦੇ 플ੈਗ ਸਟਾਫ ਰੋਡ ਉਤੇ ਸਤ ਦਿੱਲੀ ਦੇ ਮੁੱਖ ਮੰਤਰੀ ਦਾ ਅਧਿਕਾਰਤ ਨਿਵਾਸ ਅਗਲੇ 1-2 ਦਿਨਾਂ ਵਿੱਚ ਖਾਲੀ ਕਰ ਦੇਣਗੇ ਕਿਉਂਕਿ ਉਨ੍ਹਾਂ ਵਾਸਤੇ ਨਵੀਂ ਦਿੱਲੀ ਦੇ ਲੂਟੀਅਨਜ਼ ਇਲਾਕੇ ਵਿੱਚ ਰਹਾਇਸ਼ ਤੈ ਹੋ ਗਈ ਹੈ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਰਹਿਣ ਲਈ ਆਉਣਗੇ ਰਾਹੁਲ ਗਾਂਧੀ ਵੱਲੋਂ ਖੇਡ ਸੰਸਥਾਮਾ ਦੀ ਕਮਾਂਡ ਖੜਾਰੀਆਂ ਨੂੰ ਦੇਣ ਦੀ ਵਕਾਲਤ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਖੇਡ ਸੰਸਥਾਵਾਂ ਦੀ ਕਮਾਂਡ ਸਿਆਸੀ ਆਗੂਆਂ ਦੀ ਜਗ੍ਹਾ ਖਿਡਾਰੀਆਂ ਨੂੰ ਨਹੀਂ ਸੌਂਪੀ ਜਾਵੇਗੀ ਉਦੋਂ ਤੱਕ ਭਾਰਤ ਖੇਡਾਂ ਵਿੱਚ ਅਸਲ ਹੁਨਰ ਨਹੀਂ ਪਹਿਚਾਣ ਸਕਦਾ ਸੋਨਮ ਵਾਕਜੁਗ ਨੂੰ ਮੋੜ ਲਿਆ ਹਿਰਾਸਤ ਵਿੱਚ ਲद्दाख ਲਈ ਵਦੇਰੇ ਹੱਕਾਂ ਵਾਸਤੇ ਲੰਬੇ ਸਮੇਂ ਤੋਂ ਅੰਦੋਲਨ ਕਰ ਰਹੇ ਵਾਤਾਵਰਣ ਕਾਰਕੁਨ ਸੋਨ ਵਾਂਗ ਚੁਕ ਤੇ ਲਦਾਖ ਦੇ 150 ਹੋਰ ਪ੍ਰਦਰਸ਼ਨਕਾਰੀਆਂ ਨੇ ਮੌੜ ਹਰਾਸਤ ਵਿੱਚ ਲਈ ਜਾਨ ਤੋਂ ਬਾਅਦ ਆਪਣੀ ਅਣਮਿੱਥੇ ਸਮੇਂ ਲਈ ਭੋਖੜਤਾ ਜਾਰੀ ਰੱਖੀ ਤੇ ਕਿਹਾ ਹੈ ਕਿ ਸ਼ਾਂਤੀ ਤੇ ਲੋਕਤੰਤਰ ਦੇ ਪ੍ਰਤੀਕ ਗਾਂਧੀ ਜਯੰਤੀ ਮੌਕੇ ਉਹਨਾਂ ਦੇ ਅਧਿਕਾਰਾਂ ਨੂੰ ਕੁਚਲ ਦਿੱਤਾ ਗਿਆ ਹੈ। ਕੰਗਨਾਰ ਨੌਥ ਨੇ ਗਾਂਧੀ ਜਯੰਤੀ ਮੌਕੇ ਦਿੱਤਾ ਵਿਵਾਦਿਤ ਬਿਆਨ। महात्मा गांधी दी जयंती मौके भाजपा दी लोकसभा मेंबर कंगना रनौत ने इंस्टाग्राम ते पोस्ट पाके नवा विवाद छेड़ ਦਿੱਤਾ ਉਸਨੇ apni post राही राष्ट्रपिता दी विरासत ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮਣੀਪੁਰ ਚ ਪਲਾਟ ਦੀ ਸਫਾਈ ਨੂੰ ਲੈ ਕੇ ਚੱਲੀਆਂ ਗੋਲੀਆਂ ਤਿੰਨ ਹਲਾਕ ਇਮਫਾਲ ਜ਼ਿਲ੍ਹੇ ਦੇ ਉਕਰੂਲ ਕਸਬੇ ਵਿੱਚ ਸਵਾਸ਼ਤਾ ਮਹਿੰਮ ਤਹਿਤ ਇੱਕ ਪਲਾਟ ਦੀ ਸਫਾਈ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਕਾਰਨ ਡਿਊਟੀ ਤੇ ਤਾਇਨਾਤ मणिपुर हाईवे 'ਤੇ ਜਵਾਨ ਸਣੀ ਤਿੰਨ ਵਿਅਕਤੀ ਮਾਰੇ ਗਏ। ਅਦਕਾਰਨ ਨੇ ਇਹ ਜਾਣਕਾਰੀ ਦਿੱਤੀ। ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ। ਇਸ ਬਲੇਟਾਂ ਦੇ ਸਪਾਂਸਰਸ ਹਨ, ਸ਼ੇਅਰ ਆਟਾ ਮੇਡ ਇਨ ਕੈਨੇਡਾ ਐਂਡ ਦੋਆਬਾ সুইਟਸ ਐਂਡ ਰੈਸਟੋਰੈਂਟਸ। ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ।